ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਰਹੇ ਵਿਆਹ ਸਮਾਗਮ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਸੂਹੇ ਲਾਲ ਰੰਗ ਦੇ ਸੂਟ ਅਤੇ ਚੂੜਾ ਪਾਈ ਇਸ ਗੋਰੀ ਚਿੱਟੀ ਮੇਮ ਲਾੜੀ ਤੇ ਟਿਕੀਆਂ ਹੋਈਆਂ ਨੇ। ਹੁਣ ਤੁਸੀਂ ਕਹੋਗੇ ਕਿ ਵਿਆਹ ਹੈ ਤਾਂ ਨਜ਼ਰਾਂ ਲਾੜਾ ਲਾੜੀ ਤੇ ਨਹੀਂ ਹੋਣਗੀਆਂ ਤਾਂ ਹੋਰ ਫਿਰ ਬੈਂਡ ਵਾਲਿਆਂ ਤੇ ਹੋਣਗੀਆਂ। ਪਰ ਦੋਸਤੋ ਦੱਸ ਦਈਏ ਕਿ ਇਹ ਲਾੜੀ ਆਪਣੇ ਆਪ 'ਚ ਬਹੁਤ ਖਾਸ ਹੈ ਅਤੇ ਇਸ ਨੂੰ ਖਾਸ ਬਣਾਉਂਦਾ ਇਸ ਦਾ ਵਿਦੇਸ਼ੀ ਮੂਲ ਦਾ ਹੋਣਾ ਜੋ ਕਿ ਸਪੇਨ ਦੀ ਰਹਿਣ ਵਾਲੀ ਹੈ। ਤੇ 1 ਸਾਲ ਪਹਿਲਾਂ ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈ ਸੀ ਤਾਂ ਗੁਰੂ ਕੀ ਵਡਾਲੀ ਦੇ ਰਣਜੀਤ ਸਿੰਘ ਨਾਲ ਇਸ ਦੀਆਂ ਨਜ਼ਰਾਂ ਅਜਿਹੀਆਂ ਚਾਰ ਹੋਈਆਂ ਕਿ ਗੱਲਾਂ ਗੱਲਾਂ 'ਚ ਦੋਵਾਂ ਨੇ ਆਪਣੇ ਨੰਬਰ ਐਕਸਚੇਂਜ ਕਰਨ ਤੋਂ ਬਾਅਦ ਫੇਸਬੁੱਕ ਅਤੇ ਵਟਸਐਪ ਤੇ ਪਿਆਰ ਦੀਆਂ ਪੀਂਘਾਂ ਝੂੰਟਦੇ 1 ਸਾਲ ਕਦੋਂ ਕੱਢ ਲਿਆ ਇਹ ਦੋਵਾਂ ਨੂੰ ਪਤਾ ਹੀ ਨਾ ਚੱਲਿਆ। ਤੇ ਇਸ ਪਿਆਰ ਨੇ ਜਦੋਂ ਦੋਵਾਂ ਤੇ ਬਹੁਤਾ ਜ਼ੋਰ ਪਾਇਆ ਤਾਂ ਸਾਂਦਰਾ ਆਪਣਾ ਦੇਸ਼ ਸਪੇਨ ਆਪਣੇ ਲੋਕ ਅਤੇ ਆਪਣਾ ਘਰ ਬਾਰ ਛੱਡ ਕੇ ਇਕੱਲਿਆਂ ਹੀ ਰਣਜੀਤ ਸਿੰਘ ਕੋਲ ਆ ਗਈ ਅਤੇ ਅੱਜ ਦੋਵਾਂ ਦਾ ਵਿਆਹ ਸਿੱਖ ਰਵਾਇਤਾਂ ਨਾਲ ਹੋ ਰਿਹਾ। ਹੁਣ ਰਣਜੀਤ ਦਾ ਪਰਿਵਾਰ ਵਿਦੇਸ਼ੀ ਮੂਲ ਦੀ ਨੂੰਹ ਪਾ ਕੇ ਫੁੱਲਿਆਂ ਨਹੀਂ ਸਮਾਰਿਆ। ਮੇਰਾ ਨਾਮ ਪੁਲਨ ਸਿੰਘ ਜੀ। ਹਾਂਜੀ, ਕੀ ਕਹੋਗੇ ਤੁਹਾਡੇ ਬੇਟੇ ਨੇ ਵਿਦੇਸ਼ੀ ਲੜੀ ਨਾਲ ਵਿਆਹ ਕਰਾਇਆ, ਕੀ ਕਹੋਗੇ? ਮਹਾਰਾਜ, ਸਾਨੂੰ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡਾ ਕਾਕਾ ਸੀ ਤੇ ਐਵੇਂ ਘੁੰਮਦਾ ਘੁੰਮਦਾ ਸੀ, ਫਿਰ ਉਹ ਲੜਕੀਆਂ ਜਰਾ ਤਿਆਰ ਹੋਣ ਕਰਕੇ ਤੇ ਚਲੋ ਅੱਛਾ ਹੋ ਗਿਆ। ਮਹਾਰਾਜ, ਇਹ ਬੜੀ ਖੁਸ਼ੀ ਵਾਲੀ ਗੱਲ ਹੈ। ਹਾਂਜੀ, ਇਹਦੇ ਹੋਰ ਵੱਧ ਕੀ ਆ? ਹਾਂਜੀ, ਬਸ ਕਿੰਨਾ ਬੜਾ ਮਹਾਰਾਜ, ਠੀਕ ਹੈ, ਬੜੀ ਖੁਸ਼ੀ ਵਾਲੀ ਗੱਲ ਆ। ਹਾਂਜੀ ਮਹਾਰਾਜ, ਚਾਮਲਾ ਹੋਰ ਕਦੇ ਕੋਈ ਜੋ ਧੀਆਂ ਪੁੱਤਰ ਚਾਮਲਾ ਆਏ ਹੋਏ ਹੁੰਦੇ ਹੋਰ ਕੀ ਹੁੰਦਾ। ਹਾਂਜੀ, ਤੁਹਾਡਾ ਨਾਮ ਕੀ ਹੈ ਤੇ ਕੀ ਕਹਿਣਾ ਚਾਹੋਗੇ ਤੁਹਾਡੀ ਮੈਰਿਜ ਵਿੱਚ, ਕੀ ਕਹੋਗੇ? ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲਦੀ ਅਰਦਾਸ ਦੌਰਾਨ ਸਾਂਦਰਾ ਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਸੁਣ ਕੇ ਮੌਕੇ ਤੇ ਮੌਜੂਦ ਪੰਜਾਬੀਆਂ ਨੂੰ ਇਹ ਜਾਪ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਨ ਦੀ ਇੱਕ ਵੱਖਰੀ ਪ੍ਰੇਰਣਾ ਦੇ ਰਿਹਾ ਸੀ, ਜਿਸ ਦਾ ਜ਼ਿਕਰ ਕਰਕੇ ਲਾੜਾ ਬਣੇ ਰਣਜੀਤ ਸਿੰਘ ਦੀ ਅੱਜ ਛਾਤੀ ਚੌੜੀ ਹੋ ਰਹੀ ਹੈ। ਬਾਬਾ ਤਾਰਾ ਸਿੰਘ ਜੀ ਦੇ ਸੋਸਾਇਟੀ ਦੇ ਸਾਈਡ ਵਿੱਚ ਸਾਰਾ ਕੁਛ, ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਆਪਣੇ ਪੰਜਾਬੀ ਵਿਰਸੇ ਨੂੰ ਲੈ ਕੇ ਗਾਂ ਤੁਰਨਾ ਚਾਹੁੰਦਾ। ਹੋਰ ਮੈਂ ਕਹਿੰਦਾ ਵੀ ਸਭ ਤੋਂ ਪਹਿਲਾਂ ਆਪਣੇ ਮਾਂ ਪਿਓ ਪੰਜਾਬੀ ਰਿਸਪੈਕਟ ਕਰੋ, ਜੋ ਕਿ ਜੋੜੀ ਚਾਹੀਦੀ ਆ। ਜੇ ਆਪਾਂ ਉਹਨੂੰ ਭੁੱਲ ਗਏ ਤਾਂ ਸਮਝੋ ਸਭ ਕੁਛ ਭੁੱਲ ਗਏ, ਠੀਕ ਹੈ ਜੀ। ਪਹਿਲਾਂ ਸਭ ਤੋਂ ਪਹਿਲਾਂ ਆਪਣੇ ਮਾਂ ਪਿਓ ਨੂੰ ਜੋ ਇਹਨਾਂ ਨੇ ਆਪਣਾ ਪੰਜਾਬੀ, ਕਿਉਂਕਿ ਉਹਨਾਂ ਦੀ ਗਾਲਾਂ ਸਭ ਕੁਛ ਹੀ ਸਭ ਤੋਂ ਵੱਡਾ ਚੀਜ਼ ਹੁੰਦੀ ਹੈ, ਕਿਉਂਕਿ ਉਹਨਾਂ ਦੀ ਗਾਲਾਂ 'ਚ ਸਾਰਾ ਕੁਛ ਹੁੰਦਾ, ਠੀਕ ਹੈ ਜੀ। ਇੱਧਰ ਸਾਂਦਰਾ ਪੰਜਾਬੀ ਸਿੱਖ ਮੁੰਡੇ ਨਾਲ ਵਿਆਹ ਕਰਾਉਣ ਤੋਂ ਬਾਅਦ ਹੁਣ ਆਪਣੇ ਆਪ ਨੂੰ ਸਰਦਾਰਨੀ ਸਾਂਦਰਾ ਕਹਾਉਣ 'ਚ ਮਾਣ ਮਹਿਸੂਸ ਕਰ ਰਹੀ ਹੈ ਅਤੇ ਗੱਲ ਗੱਲ ਤੇ ਜੈਕਾਰਾ ਛੱਡ ਦਿੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ ਬਹੁਤ ਖੁਸ਼ ਹਾਂ, ਮੇਰਾ ਅਜੇ ਹੋਇਆ ਕਰੋਨਾ ਤੇ ਮੇਰਾ ਨਾਮ ਸਾਂਦਰਾ ਸਰਦਾਰਨੀ ਹੈ। ਕਿੱਥੋਂ ਗਏ ਤੁਸੀਂ? ਸਪੇਨ। ਸੁਣਿਆ ਸੀ ਵਿਆਹ ਵਾਲੀਆਂ ਜੋੜੀਆਂ ਧੁਰ ਦਰਗਾਹੋਂ ਬਣ ਕੇ ਆਉਂਦੀਆਂ ਨੇ, ਪਰ ਕੋਈ ਜੋੜੀ ਬੈਠੇ ਬਿਠਾਏ ਸੱਤ ਸਮੁੰਦਰੋਂ ਪਾਰ ਜਾ ਕੇ ਬਣ ਜਾਏਗੀ ਇਹ ਨਾ ਤਾਂ ਰਣਜੀਤ ਸਿੰਘ ਅਤੇ ਉਸਦੇ ਪਰਿਵਾਰ ਨੇ ਕਦੇ ਸੋਚਿਆ ਹੋਏਗਾ ਅਤੇ ਨਾ ਹੀ ਸਰਦਾਰਨੀ ਸਾਂਦਰਾ ਨੇ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।